ਪੰਜਾਬਾਣੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਡੀਸੀ ਦਫ਼ਤਰ ਫਾਜ਼ਿਲਕਾ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਅਤੇ CDPO ਦਰਸ਼ਨ ਕੌਰ ਨੂੰ ਵਿਭਾਗ ਦੇ ਡਾਇਰੈਕਟਰ ਦੇ ਨਾਂ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਪਿੰਡ ਬੱਲੂਆਣਾ ਦੀ ਆਂਗਨਵਾੜੀ ਹੈਲਪਰ ਦਲਜੀਤ ਕੌਰ ਬਲਾਕ ਹਬੋਰ ਜ਼ਿਲ੍ਹਾ ਫਾਜ਼ਿਲਕਾ ਦੀ ਕੋਰੋਨਾ ਟੀਕਾਕਰਨ ਕੈਂਪ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ ਹੈ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ। ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਧਰਨੇ ਦੀਆਂ ਤਸਵੀਰਾਂ ਅਤੇ ਸੁਣਦੇ ਹਾਂ ਕੀ ਕਹਿਣਾ ਹੈ ਆਗੂਆਂ ਦਾ। ਬਣੇ ਰਹੋ ਇਸ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਪੰਜਾਬ ਬਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਕਰ ਲਓ। ਮੇਰਾ ਨਾਮ ਰੇਸ਼ਮਾ ਰਾਣੀ ਹੈ ਜੀ। ਮੈਂ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਆਗੂ ਹਾਂ। ਇਹ ਧਰਨਾ ਜੀ ਸਾਡੇ ਇੱਕ ਹੈਲਪਰ ਸੀਗੀ ਦਲਜੀਤ ਕੌਰ ਪਿੰਡ ਬੱਲੂਆਣਾ ਤੋਂ, ਸਰਕਲ ਬੱਲੂਆਣਾ ਪੈਂਦਾ ਔਰ ਅਬੋਹਰ ਬਲਾਕ ਹੈ ਉਹਨਾਂ ਦਾ, ਅਤੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕੋਰੋਨਾ ਦੀ ਡਿਊਟੀ ਦੌਰਾਨ। ਤਾਂ ਜਿਹੜੀ ਉੱਥੇ ਸੁਪਰਵਾਈਜ਼ਰ ਸੀ ਔਰ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਸੀ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਜੀ। ਉਹਦੇ ਵੱਲੋਂ ਵਾਰ ਵਾਰ ਛੁੱਟੀ ਦੀ ਮੰਗ ਕੀਤੀ ਗਈ ਕਿ ਵੀ ਮੇਰੀ ਤਬੀਅਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਅਤੇ ਮੈਂ ਡਿਊਟੀ ਕਰਨ ਨਹੀਂ ਕਰ ਸਕਦੀ। ਤਾਂ ਉਸ ਦੀ ਕਰੋਨਾ ਦੇ ਨਾਲ ਮੌਤ ਹੋ ਗਈ ਔਰ ਪ੍ਰਸ਼ਾਸਨ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ, ਨਾ ਹੀ ਉੱਥੋਂ ਦਾ ਕੋਈ ਪ੍ਰਸ਼ਾਸਨ, ਕੋਈ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਕੋਈ ਇਹਨੂੰ ਨਹੀਂ ਲਿਆ, ਸੀਰੀਅਸ ਨਹੀਂ ਲਿਆ। ਅਤੇ ਉਹਨਾਂ ਨੂੰ ਛੁੱਟੀ ਦੇ ਦਿੰਦੇ ਤਾਂ ਸ਼ਾਇਦ ਉਹ ਆਪਣਾ ਇਲਾਜ ਕਰਵਾ ਪਾਉਂਦੇ, ਉਹਨਾਂ ਨੂੰ ਆਪਣਾ ਇਲਾਜ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਜਦੋਂ ਨੂੰ ਉਹ ਉੱਥੇ ਪਹੁੰਚੇ ਤਾਂ ਉਹਨਾਂ ਦੀ ਹਾਲਤ ਬਹੁਤ ਵਿਗੜ ਚੁੱਕੀ ਸੀ ਅਬੋਹਰ ਹੋਸਪਿਟਲ ਦੇ ਵਿੱਚ, ਤਾਂ ਉਹਨਾਂ ਨੂੰ ਰੈਫਰ ਅੱਗੇ ਕੀਤਾ ਗਿਆ ਅਤੇ ਉਹਨਾਂ ਦੀ ਉੱਥੇ ਬਠਿੰਡੇ ਪਹੁੰਚਣ 'ਤੇ ਉਹਨਾਂ ਦੀ ਮੌਤ ਹੋ ਗਈ ਜੀ। ਉਸ ਦੇ ਰੋਸ ਵਜੋਂ ਅਸੀਂ ਅੱਜ ਜਿਹੜਾ ਕਿ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਔਰ ਸਾਡੀ ਹੈਲਪਰ ਨੂੰ ਇਨਸਾਫ਼ ਦਿੱਤਾ ਜਾਵੇ। ਇੱਥੇ ਇਹ ਦੱਸਣਾ ਵੀ ਹੈ ਕਿ ਸਾਨੂੰ ਅੱਜ ਬਹੁਤ ਦੁੱਖ ਹੈ ਕਿ ਸਾਡੀ ਉਸ ਹੈਲਪਰ ਦੇ ਪਹਿਲਾਂ ਪਤੀ ਦੇਵ ਵੀ ਨਹੀਂ ਹੈਗੇ, ਉਹਨਾਂ ਦੇ ਬੱਚੇ ਜਿਹੜੇ ਅਨਾਥ ਹੋ ਚੁੱਕੇ ਨੇ। ਅਤੇ ਅਸੀਂ ਜ਼ਿੰਮੇਵਾਰ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਾਂਗੇ, ਅਬੋਹਰ ਦੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ, ਵੀ ਇਹਨਾਂ ਨੇ ਇੱਕ ਇੰਨੀ ਨੀਚਤਾ ਵਾਲਾ ਕੰਮ ਕੀਤਾ ਕਿ ਸਾਡੀ ਇੱਕ ਹੈਲਪਰ ਨੂੰ ਛੁੱਟੀ ਦੇ ਦਿੰਦੇ, ਸ਼ਾਇਦ ਉਹ ਆਪਣਾ ਇਲਾਜ ਕਰ ਪਾਉਂਦੇ ਅਤੇ ਆਪਣੇ ਅੱਜ ਆਪਣੇ ਛੋਟੇ ਬੱਚਿਆਂ ਦੇ ਦਰਮਿਆਨ ਹੁੰਦੇ। ਸੋ ਅਸੀਂ ਅੱਜ ਰੋ ਰੋ ਕੇ ਇਸ ਪ੍ਰਸ਼ਾਸਨ ਨੂੰ ਦਵਾਈਆਂ ਪਾ ਰਹੇ ਹਾਂ ਕਿ ਜੀ ਕਰੋਨਾ ਦੇ ਵਿੱਚ ਡਿਊਟੀਆਂ ਲਗਾਉਣੀਆਂ ਨੇ ਤਾਂ ਉਹਨਾਂ ਨੂੰ ਯੋਗ ਕਿੱਟ ਦਿੱਤੀ ਜਾਵੇ, ਜਿਹੜੀ ਮੈਡੀਕਲ ਕੋਈ ਵੀ ਹੈ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ। ਕੋਈ ਵੀ ਵਰਕਰ ਹੈਲਪਰ ਨੂੰ ਸਹੂਲਤ ਨਹੀਂ ਹੈਗੀ ਜੀ, ਵੀ ਕੋਈ ਨਾ ਕੋਈ ਬੀਮਾ ਕੀਤਾ ਗਿਆ, ਨਾ ਹੀ ਕੋਈ ਮਾਸਕ ਤੱਕ ਦਿੱਤੇ ਜਾਂਦੇ ਨੇ, ਕੁਛ ਵੀ ਨਹੀਂ ਹੈ ਆਂਗਨਵਾੜੀ ਵਰਕਰ ਹੈਲਪਰਾਂ ਦੇ ਨਾਲ। ਇਹਨਾਂ ਨੇ ਜਿਹੜੀਆਂ ਮੈਡਮ ਡੀਸੀ ਨੂੰ ਵੀ ਅਸੀਂ ਅੱਜ ਇਹ ਕਹਾਂਗੇ, ਡੀਸੀ ਮੈਡਮ ਇੱਕ ਔਰਤ ਹੋ ਕੇ ਇੱਕ ਔਰਤ ਦਾ ਦਰਦ ਨਹੀਂ ਜਾਣਿਆ ਇਹਨਾਂ ਨੇ,
ਤੇ ਇਹ ਪ੍ਰਸ਼ਾਸਨ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਡੀਸੀ ਮੈਡਮ ਖੁਦ ਵੀ ਸਾਡੇ ਜਿੱਥੇ ਵੀ ਜਾਂਦੇ ਨੇ ਸਾਡੀਆਂ ਵਰਕਰ ਹੈਲਪਰਾਂ ਨਾਲ ਬੇਇਨਸਾਫੀ ਕਰਦੇ ਨੇ ਔਰ ਪੂਰੀ ਤਰ੍ਹਾਂ ਬੇਇੱਜ਼ਤੀ ਕਰਦੇ ਨੇ। ਅਸੀਂ ਡੀਸੀ ਮੈਡਮ ਨੂੰ ਵੀ ਅੱਜ ਡੀਸੀ ਮੈਡਮ ਦੇ ਖਿਲਾਫ ਵੀ ਅਸੀਂ ਉਹਨਾਂ ਦੇ ਵਿਰੋਧ ਵਿੱਚ ਖੜੇ ਹਾਂ ਕਿ ਡੀਸੀ ਮੈਡਮ ਵੀ ਸਾਡੀ ਇੱਕ ਔਰਤ ਹੋਣ ਦੇ ਨਾਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸੋ ਅੱਜ ਅਸੀਂ ਫਿਰ ਵੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਬਬੀਤਾ ਕਲੇਰ ਦੇ ਦਰਵਾਜ਼ੇ ਤੇ ਚੱਲ ਕੇ ਆਏ ਹਾਂ ਕਿ ਜੋ ਬਾਕੀ ਜਾਨਾਂ ਰਹਿੰਦੀਆਂ ਨੇ ਉਹਨਾਂ ਜਾਨਾਂ ਦੀ ਰਾਖੀ ਕਰਨ, ਤਾਂ ਕਿ ਜਿਹੜੀ ਸਾਡੀ ਹੈਲਪਰ ਭੈਣ ਚਲੀ ਗਈ ਉਸ ਦੀ ਥਾਂ ਕੋਈ ਕਮੀ ਪੂਰੀ ਨਹੀਂ ਕਰ ਸਕਦਾ ਤੇ ਬਾਕੀ ਸਾਡੀਆਂ ਭੈਣਾਂ ਨੂੰ ਜਿਹੜੀ ਕਿ ਇਸ ਬਿਮਾਰੀ ਤੋਂ ਔਰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ, ਕਿਸੇ ਕਾਰਨ ਛੁੱਟੀ ਤਾਂ ਦਿੱਤੀ ਜਾਵੇ। ਸੋ ਅਸੀਂ ਇਸ ਡੀਸੀ ਮੈਡਮ ਤੋਂ ਮੰਗ ਕਰਦੇ ਹਾਂ ਕਿ ਸਾਡੇ ਆਂਗਨਵਾੜੀ ਵਰਕਰਾਂ ਹੈਲਪਰਾਂ ਵੱਲ ਪੂਰਾ ਧਿਆਨ ਦਿੱਤਾ ਜਾਵੇ। ਧੰਨਵਾਦ ਜੀ। ਨਾਮ ਸ਼ੀਲਾ ਦੇਵੀ ਜੀ, ਬਲਾਕ ਪ੍ਰਧਾਨ ਫਾਜ਼ਿਲਕਾ ਜੀ। ਕੀ ਕਹਿਣਾ ਚਾਹੁੰਦੇ ਸਰ? ਕਹਿਣਾ ਕੀ ਚਾਹਣਾ ਜੀ, ਅਸੀਂ ਤਾਂ ਬਹੁਤ ਹੀ ਕੁਛ ਕਹਿਣਾ ਚਾਹਣਾ, ਮਾੜਾ ਮੋਟਾ ਨਹੀਂ ਕਹਿਣਾ ਵੀ, ਕਿਉਂਕਿ ਡੀਸੀ ਮੈਡਮ ਨੂੰ ਇੰਨੇ ਆਂਗਨਵਾੜੀ ਵਰਕਰ ਹੈਲਪਰ ਦੀ ਡਿਊਟੀਆਂ ਲਾਈਆਂ ਨੇ ਜੀ ਕਰੋਨਾ ਦੇ, ਕਰੋਨਾ ਦੇ ਕੈਂਪ ਦੇ ਵਿੱਚ ਸਾਡੀ ਵਰਕਰ ਹੈਲਪਰ ਵੱਲ ਪੂਰਾ ਸਹਿਯੋਗ ਦਿੱਤਾ ਜਾ ਰਿਹਾ। ਇਹ ਸਾਡੀ ਹੈਲਪਰ ਵੀ ਸਹਿਯੋਗ ਦੇ ਤੌਰ 'ਤੇ ਹੀ ਮਤਲਬ ਕਰੋਨਾ ਕੈਂਪ ਦੇ ਵਿੱਚ ਨਾਲ ਸੀ, ਇਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਇਹਨਾਂ ਨੂੰ ਉੱਥੋਂ ਦੀ ਸੁਖਵਿੰਦਰ ਕੌਰ ਸੁਪਰਵਾਈਜ਼ਰ ਨੇ ਉਹਨੇ ਛੁੱਟੀ ਨਹੀਂ ਦਿੱਤੀ, ਉਹਨੇ ਬਹੁਤ ਜਲੀਲ ਕੀਤਾ। ਇੱਕਦਮ ਇਹ ਡਿੱਗ ਪਏ, ਉੱਥੇ ਉਹਨਾਂ ਦੀ ਸ਼ੂਗਰ ਵੱਧ ਗਈ, ਬਿਮਾਰ ਹੋ ਗਏ, ਮਤਲਬ ਅਤੇ ਇਹਨਾਂ ਨੂੰ ਫਿਰ ਵੀ ਛੁੱਟੀ ਨਹੀਂ ਦਿੱਤੀ ਗਈ ਅਤੇ ਆਪਦਾ ਕੈਂਪ ਦੌਰਾਨ ਕੰਮ ਕਰਦੇ ਕਰਦੇ ਇਹਨਾਂ ਦੀ ਡੈਥ ਹੋ ਗਈ। ਆਪਦੀ ਸਿਹਤ ਵੀ ਨਹੀਂ ਸੰਭਾਲ ਸਕੇ, ਬੱਚੇ ਛੋਟੇ ਨੇ, ਘਰ ਵਾਲਾ ਉਹਨਾਂ ਦੀ ਪਹਿਲਾਂ ਡੈਥ ਹੋਈ ਹੋਈ ਹੈ। ਅਤੇ ਸਾਡੇ ਫਾਜ਼ਿਲਕਾ ਬਲਾਕ ਦੇ ਵਿੱਚ ਵੀ ਡੀਸੀ ਮੈਡਮ ਵੱਲੋਂ ਆਂਗਨਵਾੜੀ ਵਰਕਰ ਹੈਲਪਰ 'ਤੇ ਇੰਨਾ ਕੁ ਦਬਾਅ ਪਾਇਆ ਜਾ ਰਿਹਾ ਵੀ ਰਾਤ ਨੂੰ 8-8 ਵਜੇ ਵੀ ਜਾ ਕੇ ਵਰਕਰਾਂ ਨੂੰ ਬੁਲਾ ਕੇ ਕਿਹਾ ਜਾ ਰਿਹਾ ਵੀ ਪਿੰਡ ਦੇ ਵਿੱਚ ਡਿਊਟੀ ਕਰੋ, ਜਿਹਨਾਂ ਟੀਕੇ ਨਹੀਂ ਲਗਵਾਏ ਬੁਲਾ ਕੇ ਲਿਆਓ। ਤੁਹਾਨੂੰ ਪਤਾ ਹੀ ਹੈ ਵੀ ਪਿੰਡਾਂ ਦੇ ਵਿੱਚ ਲੋਕਾਂ ਨੇ ਰਾਤ ਨੂੰ ਇਲੈਕਸ਼ਨ ਦਾ ਟਾਈਮ ਹੈ, ਡਰਿੰਕ ਵਗੈਰਾ ਕੀਤੀ ਹੁੰਦੀ ਹੈ, ਇਸ ਕਰਕੇ ਸਾਡੀਆਂ ਆਂਗਨਵਾੜੀ ਵਰਕਰ ਹੈਲਪਰਾਂ ਬਹੁਤ ਖਤਰੇ ਵਿੱਚ ਨੇ। ਅਤੇ ਹਾਲਾਂਕਿ ਵਰਕਰ ਹੈਲਪਰ ਦਾ ਕੋਈ ਕੰਮ ਵੀ ਨਹੀਂ ਹੈ, ਕਿਉਂਕਿ ਇਹ ਹੈ ਆਸ਼ਾ ਵਰਕਰ ਅਤੇ ਐਨਐਮ ਦਾ ਕੰਮ, ਕਿਉਂਕਿ ਉਹਨਾਂ ਨੂੰ ਸਰਕਾਰ ਨੇ ਬੀਮਾ ਵੀ ਦਿੱਤਾ ਹੈ, ਉਹਨਾਂ ਨੂੰ 2500 ਰੁਪਈਆ ਇਹ ਸਰਵੇ ਦੇ ਅਲੱਗ ਵੀ ਦੇ ਰਹੀ ਹੈ। ਸਾਡੀ ਆਂਗਨਵਾੜੀ ਵਰਕਰ ਅਤੇ ਹੈਲਪਰ ਨੂੰ ਕੁਛ ਨਹੀਂ ਦਿੱਤਾ ਜਾ ਰਿਹਾ। ਉਸ ਦੇ ਸੰਬੰਧ ਵਿੱਚ ਅਸੀਂ ਕਹਾਂਗੇ ਵੀ ਅਸੀਂ ਇਹ ਬਿਲਕੁਲ ਡਿਊਟੀ ਨਹੀਂ ਕਰਾਂਗੇ, ਜੇ ਕਰੇ ਧੱਕੇਸ਼ਾਹੀ ਨਾਲ ਸਾਡੇ ਕੋਲ ਕੋਈ ਡਿਊਟੀ ਲਈ ਜਾਂਦੀ ਹੈ, ਉਹਦੀ ਕੋਈ ਵੀ ਉਸ ਕੰਮ ਦੇ ਵਿੱਚ ਕੋਈ ਨੁਕਸਾਨ ਹੁੰਦਾ, ਉਹਦੀ ਜ਼ਿੰਮੇਵਾਰ ਸਾਡੇ ਫਾਜ਼ਿਲਕਾ ਦੇ ਡੀਸੀ ਮੈਡਮ ਹੋਣਗੇ। ਸਾਡਾ ਕਦਮ ਜੀ, ਅੱਜ ਤਾਂ ਅਸੀਂ ਇੱਕ ਦਿਨ ਦਾ ਹੀ ਧਰਨਾ ਰੱਖਿਆ, ਜੇਕਰ ਸਾਡੇ ਦਲਜੀਤ ਕੌਰ ਨਾਲ ਸਾਡੀ ਕੋਈ ਇਨਸਾਫ ਨਹੀਂ ਹੁੰਦਾ ਜਾਂ ਸਾਡੀ ਮੰਗ ਨਹੀਂ ਮੰਨੀ ਜਾਂਦੀ, ਇਹ ਸਾਡਾ ਧਰਨਾ ਵੱਧ ਵੀ ਸਕਦਾ ਅਤੇ ਅਸੀਂ ਅੱਗੇ ਹੋਰ ਵੀ ਮਤਲਬ ਸੰਘਰਸ਼ਸ਼ੀਲ ਕਦਮ ਉਠਾਵਾਂਗੇ। ਉਹਦੀ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਹੋਏਗੀ ਅਤੇ ਫਾਜ਼ਿਲਕਾ ਡੀਸੀ ਸਾਹਿਬ ਦੀ ਹੋਏਗੀ, ਅਤੇ ਅਸੀਂ ਆਪਦੀ ਕਲਮ ਛੋੜ ਹੜਤਾਲ ਵੀ ਕਰਾਂਗੇ, ਅਸੀਂ ਕੋਈ ਕੰਮ ਨਹੀਂ ਕਰਾਂਗੇ।